ਮੁੰਡ ਦੋਗਲੇ ਤੇ ਵੀ ਹੱਕ ਜਿਆ ਓ ਇਹਨਾਂ ਨੂੰ ਸਮਝ ਆਉ ਟੈਮ ਆਉਣ ਤੇ ਕੇ ਹੀਰਿਆਂ ਜਈ ਕੌਮ ਐਵੇਂ ਰੋਲੀ ਜਾਂਦੇ ਕੱਖ ਚਿਆ ਕਿ ਸਾਰੀਆਂ ਕੌਮਾਂ ਦਾ ਭਾਰ ਸਿਰ ਉੱਤੇ ਚੱਕਿਆ ਤੇ ਕਾਲੇ ਗੋਰੇ ਅਫਗਾਨੀ ਅਸੀਂ ਸਾਰਿਆਂ ਨੂੰ ਹੀ ਡੱਕਿਆ ਤੇ ਜਿੰਨਾ ਪੱਗ ਨੂੰ ਚਾਹੀਦਾ ਕਿੱਥੇ ਮਿਲੇ ਸਤਿਕਾਰ ਓਏ ਬੰਦੇ ਅਸੀਂ ਹੀ ਕਰਾਇਆ ਗਜਨੀ ਦਾ ਸੀ ਬਾਜ਼ਾਰ ਤੇ ਸਿਰੇ ਅਸੀਂ ਹੀ ਕੇ ਸਿਰਾਂ ਉੱਤੇ ਚੁੰਨੀਆਂ ਤੇ ਹੁਣ ਨੈੱਟ ਉੱਤੇ ਲੀੜੇ ਆਪ ਲਾਉਂਦੀਆਂ ਨੇ ਮੁੰਨੀਆਂ ਓਏ ਕੀਮਤ ਰੀਲਾਂ ਦੀ ਇੱਥੇ ਇੱਜ਼ਤਾਂ ਤੋਂ ਵਧਿਆ ਤੇ ਕੋਈ ਸ਼ਰਮ ਹਯਾ ਨਹੀਂ ਸਾਲੀ ਹੋਈ ਪਈ ਹੱਦਿਆ ਅੱਜ ਕੱਲ੍ਹ ਕਹਿੰਦੇ ਕੁੜੀ ਨੂੰ ਰੋਟੀ ਬਣਾਉਣੀ ਆਉਂਦੀ ਜਾਂ ਨਹੀਂ ਬਣਾਉਣੀ ਆਉਂਦੀ ਚੱਲ ਜੂਗਾ ਪਰ ਰੀਲ ਬਣਾਉਣੀ ਆਉਣੀ ਚਾਹੀਦੀ ਸਹੀ ਗੱਲ ਕਿ ਨਹੀਂ ਸੋ ਇਹ ਸਾਡੇ ਘਰ ਦੀਆਂ ਇੱਜ਼ਤਾਂ ਤਾਜ ਆ ਸਾਂਭ ਕੇ ਰੱਖਣੇ ਚਾਹੀਦੇ ਕੁਛ ਕੁ ਭਰਾਵਾਂ ਨੇ ਵਿਆਹ ਕਰਾ ਕੇ ਨਾਲ ਹੀ ਲਾ ਲਈਆਂ ਆ ਜਾ ਬਾਬੇ ਇੰਸਟਾਗ੍ਰਾਮ 'ਚ ਲਾਈਏ ਕਿ ਸਾਲੀ ਕੀਮਤ ਰੀਲਾਂ ਦੀ ਇੱਥੇ ਇੱਜ਼ਤਾਂ ਤੋਂ ਵਧਿਆ ਓਏ ਕੋਈ ਸ਼ਰਮ ਹਯਾ ਨਹੀਂ ਬਾਲੀ ਹੋਈ ਪਈ ਹੱਦਿਆ ਨੀ ਤੇਰੀ ਨਿੱਕਰ ਤੋਂ ਵੱਡਾ ਕੁੜੇ 90 ਚ ਰੁਮਾਲ ਸੀ ਤੇ ਮਾਂ ਨੇ ਜੰਮਣੀ ਸੀ ਝਾਂਸੀ ਇਸੇ ਗੱਲ ਦੀ ਹੀ ਭਾਲ ਸੀ ਓਏ ਜੇ ਚੜ ਕੇ ਆ ਗਏ ਤੇ ਦੇਸ਼ ਭਗਤੀ ਨਹੀਂ ਵੇਖਣੀ ਵੇਖਣੀ ਆ ਪੱਗ ਫਿਰ ਗੋਤਕ ਨੇ ਵੇਖਣੀ ਇਹ ਜਿਨ੍ਹਾਂ ਤੇ ਯਕੀਨ ਤੁਸੀਂ ਬਹੁਤਾ ਹੀ ਕਰ ਬੈਠੇ ਫਿਰ ਇਹਨਾਂ ਨੇ ਹੀ ਤੁਹਾਡੀਆਂ ਲਾਸ਼ਾਂ ਤੇ ਰੋਟੀ ਸਿੱਖਣੀ ਮੂੰਹ ਬੰਦ ਕਰ ਦਿੰਦੇ ਆਟੇ ਤੇ ਸ਼ਰਾਬ ਨਾਲ ਹੋਣੀ ਨੀ ਤਰੱਕੀ ਮੈਨੂੰ ਲੱਗੇ ਇਸ ਹਿਸਾਬ ਨਾਲ ਓਏ ਖਿਸਕਦਾ ਜਾਂਦਾ ਹੱਥੋਂ ਹੋਂਦ ਤੇ ਪੰਜਾਬ ਬਾਹਰ ਵਾੜ ਦੀ ਜਵਾਨੀ ਸੁਣ ਕੱਲੀ ਕੱਲੀ ਸੱਤ ਚਿਆ ਕੇ ਨਿਊਜ਼ੀਲੈਂਡ ਕੁੱਤਾ ਇੱਕ ਭੌਂਕਦਾ ਉਸੇ ਵਾਲੀ ਕੀ ਕੀ ਦੇ ਹੱਥ ਵੇਖੋ ਕਿਹੜਾ ਸਿੰਘ ਠੋਕਦਾ ਪੱਗ ਬੰਨ ਕੇ ਨਿਊਜ਼ੀਲੈਂਡ ਉਸੇ ਵਾਲੀ ਕੀ ਕੀ ਦੇ ਹੱਥ ਵੇਖੋ ਰੋਟੇ ਪਿੰਡ ਵਾਲਾ ਬਹੁਤਾ ਅੱਖਾਂ ਵਿੱਚ ਰੜਕੇ ਕੇ ਰੋਡੇ ਪਿੰਡ ਵਾਲਾ ਬਹੁਤਾ ਅੱਖਾਂ ਵਿੱਚ ਰੜਕੇ ਤੇ ਪਾਰ ਗੋਡਿਆਂ ਬਿਠਾਇਆ ਏ ਜਿਹੜੇ ਜਿਹੜੇ ਚੜ ਕੇ ਓਏ ਦਿਲ ਵਿੱਚ ਰੜਕਦੀ ਖਬਰ ਅਟੈਕ ਦੀ ਤੇ ਬੀਬੀ ਕੱਤੀ ਨੂੰ ਸੀ ਦਿਹੜੀ ਪਰ ਹੁਣ ਕੋਈ ਨਹੀਂ ਸਹਿਕਦੀ ਓਏ ਗੰਜੇ ਜਹੇ ਸਾਲੇ ਬੜੇ ਅੰਦਰਾਂ 'ਚ ਚੂਕਦੇ ਤੇ ਤੀਜੇ ਦਿਨ ਮੇਰੇ ਸਾਲੇ ਸਾਡੇ ਪੁਤਲੇ ਨੇ ਫੂਕਦੇ ਕੇ ਬੈਠਾ ਸਵਿਆਂ 'ਚ ਅੱਗ ਕੱਢੇ ਪੁੱਤ ਬਲਕੌਰ ਦਾ ਇੱਕ ਤਾੜੀ ਆ ਮੇਰੇ ਭਰਾ ਸਿੱਧੂ ਮੂਸੇ ਵਾਲੇ ਦੇ ਨਾਲ ਕੇ ਇੱਥੇ ਜਿਉਂਦੇ ਜੀ ਵੀ ਮੂੰਹ ਨਹੀਂ ਉਹ ਖੁੱਲਦਾ ਲਗਾਉੜਦਾ ਓਏ ਜਿਹੜਾ ਬੋਲਦਾ ਪੰਜਾਬ ਲਈ ਤੇ ਹੋਈ ਜਾਂਦਾ ਧੱਕਾਇਆ ਕੇ ਤਗੜਾ ਹੋ ਬਾਗੀ ਹੋਣਾ ਪਰਚਾ ਤੇ ਪੱਕਾਇਆ ਪਰ ਸ਼ਿੰਦੇ ਦਾ ਮੁੰਡਾ ਨਹੀਂ ਡਰ ਕਿਸੇ ਦਾ ਵੀ ਮੰਨਦਾ
ਓਏ ਕੌਮ ਲਈ ਮਰਾਂਗੇ ਨਹੀਂ ਗੁਲਾਮ ਕਿਸੇ ਰੰਨ ਦਾ। ਇਹ ਬਾਜਾਂ ਵਾਲੇ ਜੋ ਸਜਾਏ ਨਹੀਂ ਉਹ ਰਲਦੇ ਕਤੀੜਾਂ ਵਿੱਚ, ਦਿਸੀ ਜਾਂਦੇ ਸ਼ੇਰ ਬਸ ਖੜੇ ਹੋਏ ਲੱਖ 'ਚ, ਸ਼ੇਰ ਪਿਆ ਕੈਦ ਚਾਬੀ ਗਦਿਆਂ ਦੇ ਹੱਥ 'ਚ। ਸਾਡੀ ਕੌਮ ਸ਼ੇਰਾਂ ਨਾਲ ਲੜਨ ਵਾਲੀ ਕੌਮ, ਹਾਥੀਆਂ ਨਾਲ ਲੜੇ, ਨਿੱਕੀ ਜੀ ਸਰਿੰਜ ਮਾਰੀ ਜਾਂਦੀ। ਬਾਬਾ ਜੀ ਜਿੰਨਾ ਵੀ ਯੂਥ ਭਰਾ ਖੜੇ ਆ, ਬੇਨਤੀ ਕਰੂੰਗਾ, ਇੱਕ ਉਹ ਨਵੀਂ ਬਲਾ ਜੀ ਚੱਲ ਗਈ, ਉਹਨੂੰ ਕੀ ਕਹਿੰਦੇ, ਕੀ ਨਾਂ ਸੀ ਉਹਦਾ, ਪ੍ਰੈਗਾ ਐਂ ਕਰਕੇ ਆ, ਕੁਛ ਹੱਸਣ ਲੱਗ ਗਿਆ ਤੇ ਇੱਕਦਮ ਇਹਨੂੰ ਇਹ ਮਿਲਟਰੀ ਬਹੁਤ ਟੱਕਰਦੀ ਪ੍ਰੈਗਿਆ। ਆਪਾਂ ਇਹਨਾਂ ਚੀਜ਼ਾਂ ਦੇ ਰਾਹੀਂ ਨਹੀਂ ਜਾਣਾ, ਆਪਾਂ ਆਪਣੀ ਕੌਮ ਲਈ ਲੜਨਾ ਆ। ਮਾੜਾ ਜਿਹਾ ਧਿਆਨ ਮਾਰੋ ਮੇਰੇ ਭਰਾ ਕੇ, ਆਪਾਂ ਹੈ ਕੀ ਸੀ ਅਤੇ ਤੁਰੇ ਕਿੱਧਰ ਨੂੰ ਜਾ ਰਹੇ ਹਾਂ। ਇਹ ਹੱਸਣ ਵਾਲੀ ਗੱਲ ਨਹੀਂ ਮੇਰੇ ਵੀਰ, ਆਪਾਂ ਕੌਣ ਸੀ, ਕਿਹੜੀ ਕੌਮ ਦੇ ਵਾਰਸ ਹਾਂ, ਜੇ ਲੜਨਾ